ਸਾਡੇ ਰਹਿੰਦੇ ਸਾਥੀਆਂ ਨੂੰ ਯੂਟੀ ਪੱਤਰਾਂ ਦੀ ਪ੍ਰਾਪਤੀ ਲਈ ਅਸੀਂ ਪਾਵਰਕਾਮ ਦੀ ਮੈਨੇਜਮੈਂਟ ਦਾ ਵਿਰੋਧ ਕਰ ਰਹੇ ਹਾਂ ਜੀ, ਕਿਉਂਕਿ ਸਾਡੀ ਕਈ ਵਾਰੀ ਮੀਟਿੰਗਾਂ ਹੋ ਗਈਆਂ ਜੀ, ਸਾਨੂੰ ਉਹਦੇ ਵਿੱਚ ਸਿਰਫ ਲਾਰੇ ਮਿਲੇ ਨੇਗੇ ਜੀ। ਹਰ ਇੱਕ ਵਾਰ ਅਸੀਂ ਇਹਨਾਂ ਤੋਂ ਲਾਰਾ ਲੈ ਕੇ ਵਗ ਜਾਣਗੇ ਜੀ, ਪਹਿਲੇ ਸਾਡੇ ਕੁਛ ਨਹੀਂ ਪੈਂਦਾ। ਪਹਿਲਾਂ ਵੀ ਅਸੀਂ 18 ਦਿਨ ਉਹਦਾ ਮਤਲਬ ਕਿ ਇੱਥੇ ਸੰਘਰਸ਼ ਕੀਤਾ ਜੀ, ਹੈੱਡ ਆਫਿਸ ਦੇ ਗੇਟ ਅੱਗੇ ਜੀ ਸਾਡਾ ਸ਼ਾਂਤਮਈ ਰੋਸ ਪ੍ਰਦਰਸ਼ਨ ਚੱਲਦਾ ਰਿਹਾ ਜੀ। ਉਹਦੇ ਵੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਦੇ ਕੇ ਜੀ ਸਾਡਾ ਧਰਨਾ ਸਮਾਪਤ ਕਰਵਾਇਆ ਗਿਆ। ਪ੍ਰਧਾਨ ਜੀ, ਕਿੰਨੇ ਜਿਹੜੇ ਸਹਾਇਕ ਲਾਈਨਮੈਨ ਨੇ, ਕਿੰਨੀ ਗਿਣਤੀ ਹੈ ਕਿ ਜਿਨ੍ਹਾਂ ਨੂੰ ਹਾਲੇ ਤੱਕ ਨੌਕਰੀਆਂ ਦੇ ਨਿਯੁਕਤੀ ਪੱਤਰਾਂ ਬਾਰੇ ਤੁਹਾਡਾ ਪ੍ਰਦਰਸ਼ਨ ਕੀਤਾ ਜਾ ਰਿਹਾ? ਸਾਡਾ 2019 ਦੇ ਵਿੱਚ 3500 ਸਹਾਇਕ ਲਾਈਨਮੈਨਾਂ ਦਾ ਜੀ ਇਸ਼ਤਿਹਾਰ ਆਇਆ ਸੀ, ਉਹਦੇ ਵਿੱਚੋਂ 2394 ਬੰਦਿਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਸੀ ਜੀ। 970 ਦੇ ਕਰੀਬ ਸਾਡੇ ਸਾਥੀ ਨਿਯੁਕਤੀ ਪੱਤਰਾਂ ਤੋਂ ਵਾਂਝੇ ਰਹਿੰਦੇ ਜੀ। ਪ੍ਰਧਾਨ ਜੀ, ਜੇਕਰ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਅੱਗੇ ਦੀ ਕੀ ਰਣਨੀਤੀ ਹੈ ਤੁਹਾਡੇ ਕੋਲ? ਅੱਗੇ ਦੀ ਰਣਨੀਤੀ ਤਾਂ ਇਹ ਹੈ ਵੀ ਆਉਣ ਵਾਲੇ ਸਮੇਂ ਦਾ ਵੀ ਜੋ ਵੀ ਸਾਡੇ ਸਾਥੀਆਂ ਦਾ ਕੋਈ ਨੁਕਸਾਨ ਹੋ ਨਫਾ ਨੁਕਸਾਨ ਹੁੰਦਾ ਜਾਂ ਥੱਲੇ ਵਾਲਿਆਂ ਦਾ ਜਾਂ ਉੱਪਰ ਵਾਲਿਆਂ ਦਾ, ਤਾਂ ਉਹਦੀ ਪਾਵਰਕਾਮ ਦੀ ਮੈਨੇਜਮੈਂਟ ਹੀ ਜ਼ਿੰਮੇਵਾਰ ਹੋਊਗੀ। ਇਸ ਸਮੇਂ ਜਿਹੜੀ ਟੈਂਕੀ ਦੇ ਹਾਲਾਤ ਨੇ ਉਹ ਵੀ ਦੇਖੇ ਜਾ ਰਹੇ ਨੇ ਕਿ ਕਾਫੀ ਖਸਤਾ ਨੇ, ਤੁਹਾਡੇ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ, ਪ੍ਰਸ਼ਾਸਨ ਦੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ ਗੱਲਬਾਤ ਕਰਨ ਦੀ? ਫਿਲਹਾਲ ਮੈਨੇਜਮੈਂਟ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਕਿਉਂਕਿ ਗੱਲਬਾਤ ਤਾਂ 1.5 ਸਾਲ ਹੋ ਗਿਆ ਜੀ ਸਾਡਾ ਚੱਲਦਿਆਂ ਨੂੰ, ਅਤੇ ਉਹਨਾਂ ਨੇ ਲਾਰਾ ਹੀ ਲਾਉਣਾ, ਅਸੀਂ ਲਾਰਿਆਂ ਦੇ ਵਿੱਚ ਹੁਣ ਇਸ ਵਾਰ ਨਹੀਂ ਆਵਾਂਗੇ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਗੱਲਬਾਤ ਕੀਤੀ ਗਈ? ਪੁਲਿਸ ਪ੍ਰਸ਼ਾਸਨ ਤਾਂ ਸਮੇਂ 'ਤੇ ਪਹੁੰਚ ਗਿਆ ਸੀ ਜੀ, ਜਿਸ ਟਾਈਮ ਅਸੀਂ ਚੈੱਕ ਕੀਤਾ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀ ਜੀ। ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਰਾਬਤਾ ਕੀਤਾ, ਜਦੋਂ ਸਾਨੂੰ ਕਿਹਾ ਵੀ, ਪਰ ਅਸੀਂ ਇਸ ਕਿਸ ਤਰ੍ਹਾਂ ਅਸੀਂ ਖਾਲੀ ਹੱਥ ਉੱਤਰ ਜੀ। ਸਾਡੀਆਂ ਮੰਗਾਂ ਰਹਿੰਦੇ ਜੋ ਰਹਿੰਦੇ 970 ਬੰਦਿਆਂ ਨੂੰ ਨਿਯੁਕਤੀ ਪੱਤਰ ਜੋ ਦਿੱਤੇ ਜਾਣ, ਸਾਡੀਆਂ ਮੇਨ ਮੰਗਾਂ ਇਹੀ ਨੇ ਵੀ ਜੋ ਸਾਡੇ ਮੁੰਡੇ ਰਹਿੰਦੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਛੇਤੀ ਦਿੱਤੇ ਜਾਣ। ਜਿਹੜੇ ਤੁਹਾਡੇ ਚੰਨੀ ਵੱਲੋਂ ਇਹ ਕਿਹਾ ਗਿਆ ਕਿ 36,000 ਮੁਲਾਜ਼ਮ ਪੱਕੇ ਕੀਤੇ ਗਏ ਨੇ, ਕੀ ਤੁਹਾਡਾ ਨਾਮ ਉਹਨਾਂ ਵਿੱਚ ਨਹੀਂ ਆਉਂਦਾ ਹੈਗਾ? ਹਾਲੇ ਤੱਕ ਤਾਂ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਜੀ, ਉਹ ਮੁੰਡੇ ਕੌਣ ਨੇ, ਕਿੱਥੇ ਦੇ ਨੇ, ਉਸ ਬਾਰੇ ਸਾਨੂੰ ਕੁਛ ਨਹੀਂ ਪਤਾ, ਉਹਨਾਂ 'ਚ ਸਾਡੀ ਕੋਈ ਗਿਣਤੀ ਨਹੀਂ। ਅਤੇ ਕਿੰਨੇ ਸਾਥੀ ਤੁਹਾਡੇ ਟੈਂਕੀ ਦੇ ਉੱਪਰ ਚੜ੍ਹੇ ਹੋਏ ਨੇ? ਸਾਡੇ 4 ਸਾਥੀ ਉੱਪਰ ਚੜ੍ਹੇ ਹੋਏ ਨੇ। ਅਤੇ ਹੁਣ ਤੁਸੀਂ ਕੀ ਮੰਗ ਲੈਂਦੇ ਹੋ ਸਰਕਾਰ ਵੱਲੋਂ, ਕੀ ਮੰਗ ਕਰਦੇ ਹੋ? ਸਾਡੀ ਇਹ ਹੀ ਮੰਗ ਹੈ ਵੀ ਸਾਨੂੰ ਛੇਤੀ ਛੇਤੀ ਨਿਯੁਕਤੀ ਪੱਤਰ ਦਿੱਤੇ ਜਾਣ, ਜਿੰਨੇ ਦਿਨ ਨਹੀਂ ਮਿਲਦੇ ਸਾਡੇ ਸਾਥੀ ਨਾ ਤਾਂ ਉੱਪਰੋਂ ਥੱਲੇ ਉਤਰਨਗੇ ਨਾ ਥੱਲੇ ਵਾਲੇ ਘਰਾਂ ਨੂੰ ਜਾਣਗੇ। ਕੀ ਇਸ ਚੀਜ਼ ਬਾਰੇ ਤੁਸੀਂ CM ਚੰਨੀ ਜੀ ਨੂੰ ਕੋਈ ਇਸ ਬਾਰੇ ਇਤਲਾਹ ਕੀਤੀ ਹੈ? ਤੁਸੀਂ ਮਿਲੇ ਉਹਨਾਂ ਨੂੰ? ਗਏ ਪਰ ਉਹਨਾਂ ਨੇ ਟਾਈਮ ਨਹੀਂ ਦਿੱਤਾ, 3 ਮੀਟਿੰਗਾਂ ਹੋਈਆਂ ਉਹਨਾਂ ਨਾਲ, ਪਰ ਸਾਨੂੰ ਮਿਲੇ ਨਹੀਂ। ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਪਟਿਆਲੇ ਰਹਿੰਦੇ ਨੇ ਸਿੱਧੂ ਸਾਹਿਬ, ਕੀ ਤੁਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਇੱਕ ਵਾਰੀ ਉਹਨਾਂ ਨੂੰ ਮਿਲੇ ਸੀ, ਪਰ ਉਹਨਾਂ ਦਾ ਵੀ ਜਵਾਬ ਲਾਰਾ ਹੀ ਹੈ, ਕੋਈ ਖਾਸ ਉਹਨਾਂ ਦਾ ਉਹ ਨਹੀਂ ਆਇਆ। ਠੀਕ ਹੈ, ਜਿਹੜੀ ਤੁਹਾਡੀ ਮੰਗਾਂ ਨੇ ਜਿਹੜੀ ਤੁਸੀਂ ਲੈ ਕੇ ਰਹੇ, ਕਿੰਨੀ ਦੇਰ ਤੋਂ ਸੰਘਰਸ਼ ਹੈ ਤੁਹਾਡਾ ਜਾਰੀ ਹੈ ਜਿਹੜਾ? ਸਾਡਾ ਪਿਛਲੇ 1.5 ਸਾਲ ਤੋਂ ਚੱਲ ਰਿਹਾ ਜੀ, ਲਗਾਤਾਰ ਸੰਘਰਸ਼ ਜਾਰੀ। ਅਤੇ ਅਗਲੀ ਰਣਨੀਤੀ ਕੀ ਰਹੂਗੀ ਤੁਹਾਡੀ ਹੁਣ? ਅਗਲੀ ਰਣਨੀਤੀ ਜਦ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਕੰਟੀਨਿਊ ਇਹੀ ਚੱਲੂਗਾ, ਅਗਰ ਨਹੀਂ ਤਾਂ ਇਸ ਤੋਂ ਵੀ ਤਿੱਖਾ ਰੁਖ ਸੋਚਾਂਗੇ ਆਪਣਾ। ਜਿਹੜੇ ਤੁਹਾਡੇ ਸਾਥੀ ਉੱਪਰ ਬੈਠੇ ਨੇ ਇਸੇ ਤਰ੍ਹਾਂ ਹੀ ਰਹਿਣਗੇ? ਹਾਂਜੀ ਹਾਂ, ਜਦ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਤਦ ਤੱਕ ਉਹ ਉਵੇਂ ਹੀ ਰਹਿਣਗੇ ਜੀ।